तुसी जुड़े हुए हो अखर दे नाल ते मैं हाँ नवरीत सिविया। मुजफ्फरनगर दियां सड़कां दे उत्ते अज जे सानू कुछ दिस रहा तां उहने किसान किसान ते सिर्फ किसान कारण की आ रकेश टकैत दी कॉल सी ते जिहड़ी भी थां तों किसानां तों आया गया पहुंचा गया जिहड़ा बंदा पहुंच सकदा सी उह इत्थे पहुंचिया गा। मेरे नाल बाई आ गल करदा इहनां दे नाल। बाई जी की नाम तुहाडा? बाई जी मेरा नाम बब्बू पनेर। ਕਿਹੜੀ ਥਾਂ ਤੋਂ? ਜ਼ਿਲ੍ਹਾ ਬਰਨਾਲਾ ਪਿੰਡ ਸੈਣਾ। ਬਰਨਾਲੇ ਵਾਲੇ ਨਹੀਂ ਹਟਦੇ ਹੁਣ? ਬਰਨਾਲੇ ਵਾਲੇ ਬਾਈ, ਪਹਿਲਾਂ ਤਾਂ ਮੈਂ ਅੱਖਰ ਦਾ ਚੈਨਲ ਦਾ ਇਹਦੇ ਸਰੋਤਿਆਂ ਦਾ ਸਾਰਿਆਂ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਈ। ਅੱਛਾ ਨਹੀਂ ਮੈਨੂੰ ਇਹ ਦੱਸੋ ਵੀ ਲੱਗਦਾ ਸੀ ਇੰਨਾ ਇਕੱਠ ਹੋ ਜੂਗਾ? ਨਹੀਂ ਲੱਗਦਾ ਸੀ ਵੀਰ ਜੀ, ਅਸੀਂ ਕੱਲ੍ਹ ਦੇ ਤੁਰੇ ਪਏ ਹਾਂ, ਸਾਰੀ ਰਾਤ ਹੀ ਦੁਨੀਆਂ ਆਈ ਜਾਂਦੀ ਆ, ਕੋਈ ਪਤਾ ਨਹੀਂ ਲੱਗਦਾ ਵੀ ਇਹ ਪਹਿਲਾਂ ਤਾਂ ਕਿਹਾ ਗਿਆ ਇਕੱਲੇ ਪੰਜਾਬ ਦਾ, ਮੁੜ ਕੇ ਕਿਹਾ ਗਿਆ ਵੀ ਕਹਿੰਦੇ ਹਰਿਆਣਾ ਥੋੜ੍ਹਾ ਜਿਹਾ ਆ ਗਿਆ ਨਾਲ, ਮੁੜ ਕੇ ਕਹਿੰਦੇ ਬੰਦ ਕਰ ਲਓ ਯਾਰ 2 ਮਿੰਟ ਤੁਸੀਂ ਆ ਜਾਓ ਨਾਲ, ਆ ਜਾਓ ਆ ਬੰਦ ਕਰ ਲਓ, ਆ ਜਾਓ ਨਾਲ, ਥੋੜ੍ਹਾ ਜਿਹਾ ਕਹਿੰਦੇ ਯੂਪੀ ਆ ਗਿਆ। ਪਰ ਅੱਜ ਐਂ ਲੱਗਦਾ ਵੀ ਮੈਨੂੰ ਇਹ ਨਹੀਂ ਪਤਾ ਵੀ ਭਾਰਤ ਦਾ ਇਹੋ ਜਿਹਾ ਕੋਨਾ ਕੋਈ ਨਹੀਂ ਹੋਣਾ ਬਾਈ ਜਿੱਥੋਂ ਇੱਥੇ ਦੁਨੀਆਂ ਦੇ ਵਿੱਚੋਂ ਇਨਸਾਨ ਪਹੁੰਚਿਆ ਨਹੀਂ ਗਾ ਅਤੇ ਪਹੁੰਚ ਰਿਹਾ ਨਹੀਂ। ਪਰ ਉਹ ਤਾਂ ਹੁਣ ਕਹਿੰਦੇ ਵੀ ਅੱਜ ਯੂਪੀ ਆ, ਯੂਪੀ ਦਾ ਤਾਂ ਉਹ ਕਹਿੰਦੇ ਸੀ ਵੀ ਕੁਛ ਕੇ ਸਹੀ ਆ ਸ਼ਾਮ ਵਾਲਾ, ਪਹਿਲਾਂ ਪੰਜਾਬ ਨੂੰ ਹਾਂ ਪਹਿਲਾਂ ਬਾਈ ਕਹਿੰਦੇ ਸੀ, ਕਹਿੰਦੇ ਵੀ ਥੋੜ੍ਹਾ ਜਿਹਾ ਯੂਪੀ ਆ। ਪਰ ਅੱਜ ਵੀਰ ਜੀ ਜੇ ਤੁਸੀਂ ਦੇਖੋਗੇ ਮੈਨੂੰ ਤਾਂ ਲੱਗਦਾ ਵੀ ਰਿਕਾਰਡੋਂ ਕੰਮ ਬਾਹਰ ਗਿਆ, ਕੋਈ ਇਹਦਾ ਆਈਡੀਆ ਨਹੀਂ, ਕੋਈ ਬੰਦਾ ਇਹ ਨਹੀਂ ਦੱਸ ਸਕਦਾ ਵੀ ਇਕੱਠ ਕਿੰਨਾ। ਅੱਜ ਦੀ ਜਿਹੜੀ ਇਹ ਮਹਾਂ ਪੰਚਾਇਤ ਆ ਮਸਬਰ, ਇਹ ਮੋਦੀ ਸਰਕਾਰ ਦੀਆਂ ਜੜ੍ਹਾਂ ਦੇ ਵਿੱਚ, ਜਿਵੇਂ ਆਪਾਂ ਕਹਿੰਦੇ ਦਰਖਤ 'ਚ ਤੇਲ ਪੈ ਗਿਆ ਤਾਂ ਅੱਜ ਦਾ ਤੇਲ ਪਾਉਣ ਦਾ ਕੰਮ ਕਰੂ ਬਾਈ, ਸ਼ਾਮ ਨੂੰ ਦੇਖੋ ਕੀ ਬਣਦਾ। ਪਹਿਲਾਂ ਵੀ ਆਏ ਹੋ ਧਰਨੇ 'ਚ ਵੀ ਸ਼ਾਮਿਲ ਹੁੰਦੇ ਆ ਜਾਂ ਇੱਥੇ ਆਏ? ਨਹੀਂ ਬਾਈ ਜੀ, ਮੈਨੂੰ 10ਵਾਂ ਗੇੜਾ ਮੇਰਾ, 15 ਦਿਨ ਤੋਂ ਘੱਟ ਮੈਂ ਮੁੜਦਾ ਨੀਗਾ ਅਤੇ ਸਾਰੇ ਹਾਲਾਤਾਂ 'ਚ ਨਾਲ ਹਾਂ। ਪੰਜਾਬ ਲੈਵਲ 'ਤੇ ਵੀ ਜੋ ਸਾਡੇ ਪ੍ਰੋਗਰਾਮ ਆ, ਇੱਥੇ ਵੀ ਜੋ ਸੰਯੁਕਤ ਕਿਸਾਨ ਮੋਰਚਾ ਚਾਹੇ ਚੰਦ ਦਾ ਪ੍ਰੋਗਰਾਮ ਦੇ ਦੇ ਉੱਥੇ ਵੀ ਜਾਵਾਂਗੇ ਬਾਈ। ਤੁਸੀਂ ਪਹਿਲਾਂ ਦੱਸ ਰਹੇ ਸੀ ਕਿ ਮਾਤਾ ਵੀ ਬਿਮਾਰ ਹੈ? ਹਾਂਜੀ, ਮੇਰੀ ਮਾਤਾ ਕੀ ਜਿਹੜੀ ਇਸ ਟਾਈਮ ਜਮਾਂ ਮਤਲਬ ਵੀ ਸੀਰੀਅਸ ਕੇਸ ਹੈ, 1 ਦਿਨ ਸੰਨ ਛੱਡ ਕੇ ਡਾਇਲਸ ਹੁੰਦਾ, ਕੱਲ੍ਹ ਵੀਰੇ ਮਨ ਇਹ ਸੀ ਵੀ ਜਾਇਆ ਨਹੀਂ ਜਾਣਾ ਅਤੇ ਪਰ ਮੇਰੀ ਜਿਹੜੀ ਘਰ ਵਾਲੀ ਆ ਉਹ ਮੇਰਾ ਇਸ ਯੋਗਦਾਨ ਬਹੁਤ ਦਿੰਦੀ ਆ, ਸਹਿਯੋਗ ਬਹੁਤ ਦਿੰਦੀ ਆ। ਉਹ ਕਹਿੰਦੀ ਵੀ ਜੇ ਕੌਲ ਆ ਤਾਂ ਤੂੰ ਜਾ, ਮੈਂ ਆਪੇ ਸਾਂਭੂ ਮਾਤਾ ਨੂੰ। ਘਰ ਦੇ ਹਾਲਾਤ ਇਸ ਟਾਈਮ ਬਹੁਤ ਮੰਨ ਲਓ ਵੀ ਜਿਹੜੇ ਹੈਗੇ ਸੀਰੀਅਸ ਆ ਬਾਈ। ਮੁਜ਼ੱਫਰਨਗਰ ਦੇ ਵਿੱਚ ਕਿਸੇ ਸਮੇਂ ਦੰਗੇ ਹੋਏ ਸੀਗੇ ਆਹ ਥਾਂ ਦੇ ਉੱਤੇ, ਅੱਜ ਕਿਸਾਨ ਕਹਿ ਰਿਹਾ ਵੀ ਅਸੀਂ ਜੋੜਨਾ, ਕਿਵੇਂ? ਕਿਸੇ ਦਿਨ ਇੱਥੇ ਦੰਗੇ ਲਹੂ ਲਹਾਣ ਹੋਇਆ ਸੀ, ਪਰ ਅੱਜ ਇਹ ਨਹੀਂ ਪਤਾ ਵੀ ਪੱਗਾਂ ਵਾਲੇ ਕਿੰਨੇ ਫਿਰਦੇ ਆ, ਧੋਤੀ ਵਾਲੇ ਟੋਪੀ ਵਾਲੇ, ਇਨਸਾਨ ਕੋਈ ਆਈ ਨਹੀਂ, ਜਾਤ ਦਾ ਨਹੀਂ, ਪਾਤ ਦਾ ਨਹੀਂ, ਜਿਹੜੇ ਬੰਦੇ ਨੂੰ ਅੱਖਾਂ ਦੇ ਵਿੱਚ ਪਿਆਰ ਹੀ ਪਿਆਰ ਆ ਬਾਈ, ਜਿਹਨੂੰ ਦੇਖਦੇ ਆ ਇਹ ਰੱਬ ਵਾਂਗੂ ਦੀਂਦੇ ਆ। ਇਹ ਤਾਂ ਦੰਗੇ ਦੁੰਗੇ ਤਾਂ ਬਾਈ ਸਰਕਾਰ ਦੀਆਂ, ਦੇਖੋ ਗੱਲ ਸੁਣੋ ਮੇਰੀ, ਜਿਹੜੀ ਮੋਦੀ ਸਰਕਾਰ ਦੀ ਨੀਂਹ ਆ ਉਹ ਚੱਲਦਗੀ ਜਾਤ ਦੇ ਅਤੇ ਧਰਮ ਦੇ ਨਾਂ ਦੇ ਉੱਤੇ ਆ ਬਾਈ। ਉਹ ਅੱਜ ਮੁਜ਼ੱਫਰਨਗਰ ਦੀ ਧਰਤੀ ਨੇ ਇਹ ਪਾੜਾ ਭਾਰਤ ਦੇ ਵਿੱਚੋਂ ਖਤਮ ਕਰਤਾ ਵੀ ਕੋਈ ਜਾਤ ਨਹੀਂ, ਪਹਿਲਾਂ ਇਨਸਾਨ ਜਿੱਤ ਕਿਸਾਨ, ਕਿਸਾਨ ਨਹੀਂ ਬਾਈ ਸਾਡਾ ਧਰਮ ਆ, ਸਭ ਤੋਂ ਵੱਡਾ ਧਰਮ, ਧਰਮ ਸਾਡਾ ਤਾਂ ਬਚਦਾ ਜੇ ਕਿਸਾਨੀ ਬਚਦੀ ਆ, ਨਹੀਂ ਸਾਡਾ ਕੋਈ ਧਰਮ ਨਹੀਂ ਗਾ। ਜੇ ਕਿਸਾਨੀ ਖਤਮ ਹੁੰਦੀ ਆ ਤਾਂ ਸਾਡਾ ਧਰਮ ਵੀ ਸਾਰਾ ਖਤਮ ਹੁੰਦਾ। ਸਰਕਾਰ ਕਹਿੰਦੀ ਗੁੰਮਰਾਹ ਹੋਏ ਪਏ ਆ ਕਿਸਾਨ, ਥੋੜ੍ਹਾ ਪਤਾ ਨਹੀਂ ਲੱਗ ਰਿਹਾ ਕਹਿੰਦੇ ਹਜੇ। ਅੱਛਾ ਵੀ ਕਹਿੰਦੇ ਗੁੰਮਰਾਹ ਹੋ ਗਏ, ਗੁੰਮਰਾਹ ਦਾ ਹੀ ਦੇਖੋ ਗੱਲ ਸੁਣੋ ਮੇਰੀ, ਸਭ ਤੋਂ ਪਹਿਲਾਂ ਤਾਂ ਮੋਦੀ ਨੇ ਗੁੰਮਰਾਹ ਨੋਟਬੰਦੀ 'ਚ ਕੀਤੇ ਗਏ, ਫਿਰ ਤੁਸੀਂ ਐਂ ਦੇਖੋ ਅਫਗਾਨਿਸਤਾਨ ਦੇ ਵਿੱਚ 22,000 ਕਰੋੜ ਰੁਪਇਆ ਲਾਤਾ, ਜਿੱਥੇ ਐਂ ਨਹੀਂ ਪਤਾ ਵੀ ਇਹ ਦੇਸ਼ ਹੈ ਕਿਹਦਾ, ਕਿਹਦੇ ਹੱਥ ਆਉਣਾ ਗਾ। ਗੁੰਮਰਾਹ ਉਹ ਹੋਇਆ ਕਿ ਇਹ ਹੋਇਆ, ਐਡੇ ਐਡੇ ਨੇਤਾ ਬਾਈ ਆਵਾਮ ਆ ਯਾਰ, ਤੁਸੀਂ ਐਂ ਤਾਂ ਦੇਖੋ ਯਾਰ, ਕੋਈ 1,000 ਬੰਦਾ, 500 ਬੰਦਾ, ਕੋਈ 1,00,000 ਬੰਦਾ ਹੋ ਸਕਦਾ, 1 ਸੂਬਾ ਗੁੰਮਰਾਹ ਹੋ ਸਕਦਾ ਯਾਰ, ਸਾਰਾ ਭਾਰਤ ਥੋੜ੍ਹਾ ਗੁੰਮਰਾਹ ਹੋ ਗਿਆ ਵੀਰ ਜੀ। ਰਕੇਸ਼ ਟਕੈਤ ਦਾ ਬਹੁਤ ਰੋਲ ਆ ਸੰਯੁਕਤ ਮੋਰਚੇ ਦੇ ਵਿੱਚ। ਇੱਕ ਬਾਈ ਜੀ ਮੈਂ ਰਕੇਸ਼ ਟਕੈਤ ਦੀ ਗੱਲ ਕਰਦਾ, ਅੱਜ ਅਸੀਂ ਜਿਹੜਾ ਸਰੀਕ ਇੰਨੀ ਮੁਸ਼ਕਲ ਦੇ ਵਿੱਚੋਂ ਆਏ ਹਾਂ, ਇਹ ਰਕੇਸ਼ ਟਕੈਤ ਦਾ ਇੱਕ ਮਾਣ ਵਧਾਉਣ ਆਏ ਹਾਂ। ਸਾਡਾ 26 ਤਰੀਕ ਤੋਂ ਬਾਅਦ ਜੇ ਅੰਦੋਲਨ ਬਚਾਉਣ ਵਾਲਾ ਤਾਂ ਰਕੇਸ਼ ਡਕੈਤ ਜੀ ਆ, ਇਹਨਾਂ ਦੇ ਜਿਹੜੇ ਫਾਦਰ ਸਾਹਿਬ ਸੀ ਮਹਿੰਦਰ ਸਿੰਘ ਡਕੈਤ, ਉਹਨਾਂ ਨੂੰ ਸਲਾਮ ਕਰਦੇ ਹਾਂ ਇਸ ਧਰਤੀ ਤੋਂ ਅੱਜ, ਅਤੇ ਉਦੋਂ ਮੁੜ ਕੇ ਇਹਨਾਂ ਨੇ ਵੀ ਉਹੀ ਕੰਮ ਕੀਤਾ ਬਚਾਉਣ ਦਾ, ਅਤੇ ਅੱਜ ਜਿੰਨਾ ਪੰਜਾਬ ਤੋਂ ਹਰਿਆਣੇ ਤੋਂ ਵੱਧ ਸਰੀਕ ਹੋਇਆ ਗਿਆ ਸੀ ਵਿੱਚ ਬਾਈ, ਉਹਦੇ ਹਿੱਸਾ ਪਾਇਆ ਸਰੀਕ ਹੋਏ ਆ ਜੀ। ਆਹ ਕਾਫਲੇ ਲਗਾਤਾਰ ਆ ਰਹੇ ਆ, ਲਗਾਤਾਰ ਸਾਰੀਆਂ ਚੀਜ਼ਾਂ ਚੱਲ ਰਹੀਆਂ, ਤੁਹਾਨੂੰ ਬਾਈ ਕਰਨ ਦਿਖਾ ਰਹੇ ਹੈਗੇ, ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਸਾਡੇ ਤੋਂ ਵੀ ਛੁੱਟ ਜਾਣਗੀਆਂ। ਪਰ ਇਹ ਸੱਚ ਆ ਕਿ ਜੋ ਚੀਜ਼ ਜੋ ਐਕਸਪੈਕਟਡ ਸੀ, ਜੋ ਉਮੀਦ ਸੀ, ਆਸਾਂ ਉਮੀਦਾਂ ਦੇ ਉੱਤੇ ਇਹ ਰੈਲੀ ਆ ਜਿਹੜੀ ਉਹ ਖਰੀ ਉੱਤਰ ਰਹੀ ਆ। ਉਮੀਦ ਵੀ ਇਹੀ ਸੀ ਕਿ ਬਹੁਤ ਲੋਕ ਆਉਣਗੇ, ਪਰ ਜਿਸ ਤਰ੍ਹਾਂ ਇਹ ਵਧਿਆ ਗਾ, ਹੁਣ ਇੱਕ ਨਵੀਂ ਸਟੇਟ, ਪਹਿਲਾਂ ਜਿਵੇਂ ਕਹਿੰਦੇ ਆ ਨਾ ਵੀ ਪੰਜਾਬ ਸੀ, ਫਿਰ ਕਹਿਣ ਲੱਗੇ ਕਿ ਹਰਿਆਣੇ ਦਾ ਕੁਛ ਹਿੱਸਾ, ਫਿਰ ਪੂਰਾ ਹਰਿਆਣਾ ਮੰਨੇ, ਫਿਰ ਯੂਪੀ ਦਾ ਕੁਛ ਹਿੱਸਾ, ਅਤੇ ਅੱਜ ਪੂਰਾ ਯੂਪੀ ਇੱਕ ਨਵੀਂ ਸਟੇਟ ਵੀ ਆਉਣ ਵਾਲੀ ਆ, ਉਹ ਆ ਹਿਮਾਚਲ। ਪਰ ਫਿਲਹਾਲ ਦੇ ਲਈ ਇਹ ਰੈਲੀ ਹਰ ਦਿਨ ਇੱਕੋ ਜਾਣੀ ਹੁੰਦਾ, ਅੱਜ ਦੇ ਦਿਨ ਦੀ ਵੀ ਕੋਈ ਗਿਣਤੀ ਮਿਣਤੀ ਹੋਊਗੀ ਨਾ ਵੀ ਇੰਨੇ ਘੰਟਿਆਂ ਦਾ ਤਾਂ ਇੰਨਾ ਆਏ ਆ, ਪਰ
यह दिन कुछ वक्खरा सरजूगा। हर दिन इतिहास हुंदा ते इतिहास जदों बन रहा होवे उदों साडा मायने रखदा होना कि असीं कड़ी जगह ते आ। तुसीं जुड़े हुए सी अखर दे नाल, जिउंदे वसदे रहो।